ਉਹਦੇ ਬਾਅਦ ਇਕੱਲੇ ਠੀਕਰੀ ਪਹਿਰੇ ਨਹੀਂ ਸਾਹਿਬ, ਈਵਨ ਜਿਹੜੇ ਕੈਂਡੀਡੇਟ ਚੁਣੇ ਗਏ ਆ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ, ਉਹਨਾਂ ਨੇ ਵੀ ਇਸੇ ਗੱਲ ਦਾ ਸਹਾਰਾ ਲਿਆ ਵੀ ਮੈਂ ਤਾਂ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਨਾ ਹੈ। ਹੁਣ ਹੋਰ ਕਿਹੜਾ ਮਸਲਾ ਰਹਿ ਗਿਆ ਸਾਹਿਬ? ਜਾਂ ਜਿਹੜਾ ਕੋਈ ਦੁਬਈ ਤੋਂ ਆਇਆ ਹੈ, ਕੋਈ ਹੋਰ ਆ ਕੇ, ਹੋਰ ਹਰੇਕ ਜਣਾ ਕਿਹੜਾ ਅੱਜ ਕੱਲ੍ਹ ਜਿਹੜਾ ਵੀ, ਅੱਜ ਮੈਂ ਇੱਕ ਹੋਰ ਇੱਕ ਅਖਬਾਰ 'ਚ ਲੱਗੀ ਹੈ ਵੀ ਇੱਕ ਨੇ ਸਨਾਰੀਆ ਜੇਲ੍ਹ 'ਚੋਂ ਬੈਠੇ ਕਿਹਾ ਕਿ ਮੈਨੂੰ ਵੈਲਫੇਅਰ ਵਾਸਤੇ ਪਰੋਲ ਦੇ ਦਿੱਤੀ ਜਾਵੇ। ਸਰ, ਸਾਰੇ ਇਹ ਡਰੱਗ ਤੇ ਵੈਲਫੇਅਰ ਵਾਲੇ ਕੰਮ ਜੇਲ੍ਹਾਂ 'ਚੋਂ ਹੋਣਗੇ। ਜਿਹੜਾ ਕੰਮ ਸਵਾ ਦੋ ਢਾਈ ਸਾਲ ਦੇ ਅੰਦਰ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਕਰ ਸਕੀ, ਹੁਣ ਉਹ ਕਿਵੇਂ ਕਰ ਦੇਣਗੇ? ਸਰ, ਦੂਜਾ ਮਸਲਾ ਜਿਹੜਾ ਹੈ ਉਹ ਵੀ ਜਿਸ ਤਰ੍ਹਾਂ ਕਰਪਸ਼ਨ ਦਾ ਮੁੱਦਾ ਪੰਜਾਬ 'ਚ ਆਮ ਹੋ ਗਿਆ, ਦੂਜਾ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਅੰਦਰ ਹੈ ਡਰੱਗਸ ਦਾ ਹੈ। ਦੋ ਘਟਨਾਵਾਂ ਅੱਜ ਵਾਪਰੀਆਂ, ਇੱਕ ਤਾਂ ਅੱਜ ਖਬਰ ਹੋਰ ਲੱਗੀ ਹੈ ਇੱਕ ਪੇਪਰ 'ਚ ਵੀ ਬਠਿੰਡੇ ਦੇ ਅੰਦਰ ਪਿਛਲੇ 8 ਦਿਨਾਂ 'ਚ 4 ਨੌਜਵਾਨ ਮੌਤਾਂ ਨਸ਼ੇ ਕਰਕੇ ਹੋਈਆਂ। ਉਸ ਤੋਂ ਕੁਛ ਦਿਨ ਪਹਿਲਾਂ ਸਾਰੇ ਅਖਬਾਰਾਂ ਨੇ ਬੜੀ ਪ੍ਰਮੁੱਖਤਾ ਨਾਲ ਲਾਇਆ ਸੀਗਾ ਵੀ 14 ਦਿਨਾਂ ਦੇ ਅੰਦਰ 14 ਮੌਤਾਂ ਹੋਈਆਂ, ਜਿਹਨੂੰ ਲੈ ਕੇ ਆਪਣੇ ਚੀਫ ਮਿਨਿਸਟਰ ਦੀ ਗੱਲ ਕੱਟਣੀ ਪਈ ਕਿਉਂਕਿ ਉਹਦਾ ਲਾਹਾ, ਉਹਦਾ ਕ੍ਰੈਡਿਟ ਲੈਣ ਵਾਸਤੇ ਭਗਵੰਤ ਮਾਨ ਜੀ ਨੇ ਕਿਹਾ ਵੀ ਮੈਂ 10,000 ਪੁਲਿਸ ਟ੍ਰਾਂਸਫਰ ਕੀਤੀਆਂ ਜਿਹਨੂੰ ਉਹਨਾਂ ਨੇ ਨਿਗੇਟ ਕੀਤਾ DGP ਸਾਹਿਬ ਨੇ। ਪਰ ਇੱਕ ਨਾਲ ਦੂਜੀ ਘਟਨਾ ਵੀ ਹੋਈ ਹੈ, ਜਿਹੜਾ ਕੱਲ੍ਹ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਮਹਿੰਦਰ ਭਗਤ ਜੀ, ਉਹਨਾਂ ਨੇ ਇੱਕ ਟਵੀਟ ਪਾਇਆ, ਉਹਦੇ ਵਿੱਚ ਉਹ ਕਹਿ ਰਿਹਾ ਵੀ ਜਲੰਧਰ ਵੈਸਟ ਦੇ ਬੱਚੇ ਨੂੰ ਪਤਾ ਹੈ ਨਸ਼ਾ ਕੌਣ ਵੇਚ ਰਿਹਾ ਤੇ ਮੈਂ MLA ਬਣਦੇ ਹੀ ਪ੍ਰਾਇਰਟੀ ਦੇ ਉੱਤੇ ਕੁਛ ਦਿਨਾਂ ਦੇ ਅੰਦਰ ਹੀ ਇਸ ਨਸ਼ੇ ਦੇ ਵਪਾਰ ਨੂੰ ਖਤਮ ਕਰ ਦੂੰਗਾ। ਇਹਦੇ ਨਾਲ ਦੋ ਗੱਲਾਂ ਸਾਬਤ ਹੋ ਗਈਆਂ, ਇੱਕ ਤਾਂ ਅਖਬਾਰਾਂ ਦੀਆਂ ਸੁਰਖੀਆਂ ਪੂਰੇ ਪੰਜਾਬ ਦੇ ਉੱਤੇ ਤੇ ਦੂਜਾ ਜਿਹੜਾ ਜਲੰਧਰ ਵੈਸਟ ਦਾ ਮੁੱਦਾ ਹੈ ਕਿ ਇੱਥੇ ਬੱਚੇ ਨੂੰ ਪਤਾ ਹੈ, ਕਹਿੰਦਾ ਜਾਣੇ ਨਾ ਜਾਣੇ, ਗੁੱਲੇ ਨਾ ਜਾਣੇ, ਬਾਅਦ ਤੋਂ ਸਾਰਾ ਜਾਣੇ ਹੈ। ਇਕੱਲੇ ਭਗਵੰਤ ਮਾਨ ਜੀ ਨੂੰ ਨਹੀਂ ਪਤਾ, ਉਹਨਾਂ ਦੀ ਸਰਕਾਰ ਨੂੰ ਨਹੀਂ ਪਤਾ, ਬਾਕੀ ਭਗਵੰਤ ਮਾਨ ਜੀ ਦੇ ਜਿਹੜੇ ਉਮੀਦਵਾਰ ਹੈ ਭਗਤ ਜੀ ਨੂੰ ਵੀ ਪਤਾ ਹੈ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਪਤਾ ਹੈ ਤੇ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ? ਇੱਕ ਗੱਲ ਐਸਟੈਬਲਿਸ਼ ਹੁੰਦੀ ਹੈ ਵੀ ਇੱਥੇ ਨਸ਼ੇ ਦਾ ਵਪਾਰ ਚੱਲ ਰਿਹਾ। ਜਿਹੜਾ ਕੰਮ 2.5 ਸਾਲ ਦੇ ਅੰਦਰ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਕਰ ਸਕੀ, ਹੁਣ ਉਹ ਕਿਵੇਂ ਕਰ ਦੇਣਗੇ? ਸਰ, ਕਿਸ ਤਰ੍ਹਾਂ ਮਹਿੰਦਰ ਭਗਤ ਜੀ ਉਹ ਮਸਲਾ ਹੱਲ ਕਰ ਦੇਣਗੇ ਜਿਹੜੇ ਮੁੱਖ ਮੰਤਰੀ ਸਾਹਿਬ 25,000 ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਗਏ ਹਰਿਮੰਦਰ ਸਾਹਿਬ, ਉਦੋਂ ਨੀ ਮਸਲਾ ਹੱਲ ਹੋਇਆ? ਠੀਕਰੀ ਪਹਿਰੇ ਪਿੰਡਾਂ ਦੇ ਅੰਦਰ ਲੱਗਣ ਲੱਗੇ, ਉਦੋਂ ਨੀ ਮਸਲਾ ਹੱਲ ਹੋਇਆ? ਉਹਦੇ ਬਾਅਦ ਇਕੱਲੇ ਠੀਕਰੀ ਪਹਿਰੇ ਨਹੀਂ ਸਾਹਿਬ, ਈਵਨ ਜਿਹੜੇ ਕੈਂਡੀਡੇਟ ਚੁਣੇ ਗਏ ਆ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ, ਉਹਨਾਂ ਨੇ ਵੀ ਇਸੇ ਗੱਲ ਦਾ ਸਹਾਰਾ ਲਿਆ ਵੀ ਮੈਂ ਤਾਂ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਨਾ ਹੈ। ਹੁਣ ਹੋਰ ਕਿਹੜਾ ਮਸਲਾ ਰਹਿ ਗਿਆ ਸਾਹਿਬ? ਮੈਂ ਭਗਵੰਤ ਮਾਨ ਜੀ ਨੂੰ ਅੱਜ ਆਹ ਪੁੱਛਣ ਵਾਸਤੇ ਇੱਥੇ ਬੈਠਾ, ਭਗਵੰਤ ਮਾਨ ਜੀ, ਹੈਵ ਯੂ ਆਊਟਸੋਰਸਡ ਠੀਕਰੀ ਪਹਿਰੇ ਗੁਰੂ ਮਹਾਰਾਜ ਤੇ ਛੱਡਤਾ ਵੀ ਅਰਦਾਸ ਨਾਲ ਹੀ ਗੱਲ ਨਿਬੜ ਜੂਗਾ, ਜਾਂ ਜਿਹੜਾ ਕੋਈ ਦੁਬਈ ਤੋਂ ਆਇਆ ਹੈ, ਕੋਈ ਹੋਰ ਆ ਕੇ, ਹੋਰ ਹਰੇਕ ਜਣਾ ਕਿਹੜਾ ਅੱਜ ਕੱਲ੍ਹ ਜਿਹੜਾ ਵੀ, ਅੱਜ ਮੈਂ ਇੱਕ ਹੋਰ ਇੱਕ ਅਖਬਾਰ 'ਚ ਲੱਗੀ ਹੈ ਵੀ ਇੱਕ ਨੇ ਸਨਾਰੀਆ ਜੇਲ੍ਹ 'ਚੋਂ ਬੈਠੇ ਕਿਹਾ ਕਿ ਮੈਨੂੰ ਵੈਲਫੇਅਰ ਵਾਸਤੇ ਪਰੋਲ ਦੇ ਦਿੱਤੀ ਜਾਵੇ। ਸਰ, ਸਾਰੇ ਇਹ ਡਰੱਗ ਤੇ ਵੈਲਫੇਅਰ ਵਾਲੇ ਕੰਮ ਜੇਲ੍ਹਾਂ 'ਚੋਂ ਹੋਣਗੇ।
ਉਹ ਕਹਿੰਦੇ ਸਾਨੂੰ ਉੱਥੋਂ ਛੁੱਟੀ ਦੇ ਦਿਓ। ਕਈ ਲੋਕਾਂ ਨੇ ਕੱਲ ਮੈਂ ਦੇਖੀ ਐਪਲੀਕੇਸ਼ਨ ਪਾਈਆਂ, ਸਪੀਕਰ ਸਾਹਿਬ ਨੂੰ ਲਿਖਿਆ, ਕੋਈ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਵੀ ਕਿਉਂਕਿ ਉਹਨਾਂ ਨੇ ਨਸ਼ਾ ਛੁਡਾਉਣਾ ਇਸ ਕਰਕੇ ਉਹਨਾਂ ਨੂੰ ਐਨਐਸਏ ਤੋਂ ਬੇਲ ਦੇਤੀ ਜਾਵੇ। ਉਹ ਕਹਿੰਦੇ ਮੈਨੂੰ ਵੈਲਫੇਅਰ ਵਾਸਤੇ ਦੇਤੀ ਜਾਵੇ। ਸਭ ਪੰਜਾਬ ਕਿਹੜੇ ਪਾਸੇ ਤੁਰਿਆ ਜਾਂਦਾ? ਮੈਂ ਆਹ ਜਿਹੜੇ ਮੁੱਢਲੇ ਸਵਾਲ ਲੈ ਕੇ ਅੱਜ ਭਗਵੰਤ ਮਾਨ ਜੀ ਕੋਲ ਆਇਆ, ਭਗਵੰਤ ਮਾਨ ਜੀ ਯੂਅਰ ਡੈਰੀਲਿਕਸ਼ਨ ਆਫ ਡਿਊਟੀ, ਤੁਸੀਂ ਆਪਣੇ ਜ਼ਿੰਮੇਵਾਰੀ ਤੋਂ ਹਥਿਆਰ ਸਿੱਟ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ, ਛੱਲੇ ਗਾ ਰਹੇ ਹੋ, ਕਿਕਲੀਆਂ ਗਾ ਰਹੇ ਹੋ। ਸ਼ੋਭਾ ਦਿੰਦੇ ਮੁੱਖ ਮੰਤਰੀ ਨੂੰ, ਸ਼ੋਭਾ ਨਹੀਂ ਦਿੰਦੇ ਸਾਹਿਬ। ਤੇ ਆਹ ਜਿਹੜਾ ਹੁਣ ਪਰਿਵਾਰ ਦੇ ਉੱਤੇ ਆ ਚਾਹੀ ਹੈ, ਮੇਰੀ ਬੇਨਤੀ ਹੈ, ਮੈਂ ਇੱਜ਼ਤ ਕਰਦਾ ਪਰਿਵਾਰਕ ਮਰਿਆਦਾਵਾਂ ਦੇ ਅੰਦਰ ਰਹਿ ਕੇ, ਪਲੀਜ਼ ਆਪਣੇ ਆਪ ਸੂਓ ਮੋਟੋ ਤੁਸੀਂ ਇਸ ਗੱਲ ਦਾ, ਇਸ ਤੋਂ ਪਹਿਲਾਂ ਕਿ ਸਾਰੇ ਆਪਸ ਚ ਹੋੜ ਲੱਗੀ ਹੋਈ ਹੈ ਵੀ ਭਰਜਾਈਏ ਕਰੋ ਜੀ, ਵੋ ਕਰੋ, ਉਹਨਾਂ ਦੇ ਆਪਣੇ ਮਸਲੇ ਹੋਣੇ ਆ ਸਭ। ਕਈ ਕਾਂਗਰਸ ਦੇ ਲੀਡਰ ਕਹਿ ਰਹੇ ਆ ਕਿਉਂਕਿ ਉਹਨਾਂ ਨੂੰ ਗਾਬਾ ਮਾਰਿਆ ਸੀ, ਤੁਸੀਂ ਕੋਈ ਕੰਮ ਕੀਤਾ ਨੀ, ਕੋਈ ਪਰਚਾ ਨੀ ਕੀਤਾ, ਇਸ ਕਰਕੇ ਉਹ ਬੋਲਣ ਲੱਗੇ। ਪਰ ਮੇਰੀ ਬੇਨਤੀ ਹੈ ਵੀ ਆਪਣੇ ਆਪ ਇੱਕ ਕੋਰਟ ਮੋਨੀਟਰਡ ਇਨਕੁਆਇਰੀ ਇਸ ਮਸਲੇ ਦੀ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਅੰਦਰ ਇਸ ਗੱਲ ਦਾ ਨਿਬੇੜਾ ਹੋਵੇ। ਧੰਨਵਾਦ ਸਰ।